ਫੜ ਫੜ ਕੇ ਲਿਆਉਂਦਾ ਹੁੰਦਾ ਹਲੋ ਕੁਰਸੀਆਂ ਹਾਂਜੀ ਬਾਬਲ ਬਾਬਲ ਮੈਂ ਗਾਉਣ ਲੱਗਿਆ ਅੱਜ ਉਹ ਦਿਨ ਹੈ ਹਰ ਪਿਓ ਦੀ ਤਮੰਨਾ ਹੁੰਦੀ ਹੈ ਕਿ ਜੋ ਪਿਆਰ ਪਿਓ ਨੇ ਦਿੱਤਾ ਹੋਈ ਅਗਰ ਸਹੁਰੇ ਦੇਵੇ ਜਾ ਕੇ ਜਿਹੜਾ ਪਿਆਰ ਮਾਂ ਨੇ ਦਿੱਤਾ ਉਹੀ ਸੱਸ ਦੇਵੇ ਜਿਹੜਾ ਪਿਆਰ ਭਰਾਵਾਂ ਨੇ ਦਿੱਤਾ ਉਹੀ ਦਿਓਰ ਦੇਣ ਜਿਹੜਾ ਪਿਆਰ ਪੈਣਾ ਨੇ ਭੈਣਾਂ ਨੇ ਦਿੱਤਾ ਉਹੀ ਪਿਆਰ ਨੰਦਾ ਦੇਣ ਸੁਣ ਕੇ ਮੈਨੂੰ ਬਾਬੁਲਾਵੇ ਮੈਨੂੰ ਬਾਬੁਲਾਵੇ ਤੇਰੇ ਘਰੋਂ ਤੋਰ ਕੇ ਮੈਨੂੰ ਬਾਬੁਲਾਵੇ ਸਿਰਫ ਕੋਡ ਰੱਖੋ ਤੇਰੇ ਘਰੋਂ ਤੋਰ ਕੇ ਗੁੱਡੀਆਂ ਪਟੋਲੇ ਰੋਣਗੇ ਗੁੱਡੀਆਂ ਪਟੋਲੇ ਰੋਣਗੇ ਮੈਨੂੰ ਬਾਬੁਲਾਵੇ ਤੇਰੇ ਘਰੋਂ ਤੋਰ ਕੇ ਮੈਨੂੰ ਬਾਬੁਲਾਵੇ ਹੋ ਤੇਰੇ ਘਰੋਂ ਤੋਰ ਕੇ ਗੁੱਡੀਆਂ ਪਟੋਲੇ ਰੋਣਗੇ ਗੁੱਡੀਆਂ ਪਟੋਲੇ ਰੋਣਗੇ ਚੰਜ ਵੇਖ ਕੇ ਕਲੀ ਦੇ ਵਿੱਚ ਮੇਰੀ ਉਹ ਚੰਜ ਵੇਖ ਕੇ ਕਲੀ ਦੇ ਵਿੱਚ ਮੇਰੀ ਵੀਰ ਬਾਰੀ ਓਲੇ ਰੋਣਗੇ ਵੀਰ ਬਾਰੀ ਓਲੇ ਰੋਣਗੇ ਕਹਿੰਦੀ ਬਾਬਲਾ ਤੂੰ ਮੇਰਾ ਵਿਆਹ ਕਰਤਾ ਹਜੇ ਤਾਂ ਮੈਂ ਗੁੱਡੀਆਂ ਪਟੋਲਿਆਂ ਦਾ ਵਿਆਹ ਕਰਨਾ ਸੀ ਤੂੰ ਮੇਰਾ ਵਿਆਹ ਕਰਤਾ ਸੁਣ ਕੇ ਮੈਂ ਗੁੱਡੀਆਂ ਪਟੋਲਿਆਂ ਦਾ ਹੋ ਕਰਨਾ ਵਿਆਹ ਸੀ ਮੈਨੂੰ ਨਹੀਂ ਸੀ ਪਤਾ ਹੋਣਾ ਹੋ ਵੀਰਾ ਤੋਂ ਜੁਦਾ ਸੀ ਅਣਸੀਤੇ ਜਿਹੜੇ ਬਾਰੀ ਵਿੱਚ ਰਹਿ ਗਏ ਅਣਸੀਤੇ ਜਿਹੜੇ ਬਾਰੀ ਵਿੱਚ ਰਹਿ ਗਏ ਉਹ ਨਿੱਕੇ ਨਿੱਕੇ ਝੋਲੇ ਰੋਣਗੇ ਨਿੱਕੇ ਨਿੱਕੇ ਝੋਲੇ ਰੋਣਗੇ ਕਹਿੰਦੀ ਮੈਂ ਟੋਲੀ ਵਿੱਚ ਬਹਿਣ ਲੱਗੀ ਉਹ ਸੋਚਾਂ ਵਿੱਚ ਪਈਆਂ ਇੰਨਾ ਚਿਰ ਮੈਂ ਬੇਗਾਨੇ ਕਰ ਰਹੀ ਟੋਲੀ ਚੁੱਕਣੀ ਕਹਾਰਾ ਜਦੋਂ ਮੇਰੀ ਟੋਲੀ ਚੁੱਕਣੀ ਕਹਾਰਾ ਜਦੋਂ ਮੇਰੀ ਉਹ ਵੀ ਹੌਲੇ ਹੌਲੇ ਰੋਣਗੇ ਉਹ ਵੀ ਹੌਲੇ ਹੌਲੇ ਰੋਣਗੇ ਜਾ ਰਹੀ ਹੈ ਟੋਲੀ ਵਿਦਾ ਹੋ ਰਹੀ ਹੈ ਕਹਿ ਰਹੀ ਹੈ ਗੋਟੇ ਦੀਆਂ ਚੁੰਨੀਆਂ ਨਿੱਕੀਆਂ ਪਰਮੀਆਂ ਬਾਬਲਾ ਮੈਂ ਜਾਂਦੀ ਵਾਰੀ ਉਹ ਚੁਨਾ ਵਿੱਚ ਸੰਭੀਆਂ ਮੈਂ ਉਹ ਜਿਹੜਿਆਂ ਸੰਦੂਖਾਂ ਵਿੱਚ ਰੱਖੀਆਂ ਮੈਂ ਉਹ ਜਿਹੜਿਆਂ ਸੰਦੂਖਾਂ ਵਿੱਚ ਰੱਖੀਆਂ ਤੂੰ ਜਦੋਂ ਵੀ ਉਹ ਖੋਲੇ ਰੋਣਗੇ ਜਦੋਂ ਵੀ ਉਹ ਖੋਲੇ ਰੋਣਗੇ ਮੈਨੂੰ ਬਾਬੁਲਾਵੇ ਤੇਰੇ ਘਰੋਂ ਤੋਰ ਕੇ ਗੁੱਡੀਆਂ ਪਟੋਲੇ ਰੋਣਗੇ ਗੁੱਡੀਆਂ ਪਟੋਲੇ ਰੋਣਗੇ ਥੈਂਕ ਯੂ ਜੀ ਥੈਂਕ ਯੂ ਮਹਾਰਾਜ ਥੈਂਕ ਯੂ ਬਸ ਇੰਨੀ ਹਾਜ਼ਰੀ ਕਬੂਲ ਕਰਿਓ ਛੋਟਾ ਭਰਾ ਬੱਚਾ ਸਮਝ ਕੇ ਮਾਫ਼ ਕਰ ਦਿਓ ਗਾਉਂਦੇ ਗਾਉਂਦੇ ਕਿਸੇ ਵੀ ਧਰਮ ਦੀ ਇਨਸਾਨ ਕਿਸੇ ਵੀ ਇਨਸਾਨ ਦੀ ਸ਼ਾਨ ਕੋਈ ਗੁਸਤਾਖੀ ਹੋ ਗਈ ਹੋਵੇ ਤੇ ਇੱਕ ਵਾਰ ਦੇਖੋ ਜਦੋਂ ਸ਼ਖਸੀਅਤਾਂ ਸਟੇਜ ਤੇ ਬਹਿ ਜਾਂਦੀਆਂ ਇਹਨਾਂ ਨਾਲ ਫਿਰ ਕਿਸੇ ਦੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਹੈ ਇਹਨਾਂ ਸਾਹਮਣੇ ਗਾਵੇ ਇਹ ਬਾਦਸ਼ਾਹ ਲੋਕ ਨੇ ਇੰਡੀਆ ਦੇ ਨੁਸਰਤ ਅਲੀ ਖਾਨ ਸਾਹਿਬ ਨੇ ਆਪਾਂ ਬਾਹਰ ਲੱਭ ਲਿਆ ਇਹ ਇੰਡੀਆ ਦੇ ਨੇ ਇੱਕ ਵਾਰ ਤਾਲੀਆਂ ਜ਼ੋਰਦਾਰ ਲਾ ਲਿਓ ਮੈਂ ਬਹੁਤ ਬਹੁਤ ਥੈਂਕਸ ਕਰਦਾ ਅਗੇਨ ਸਰਦਾਰ ਅਲੀ ਭਾਜੀ ਦਾ ਮਾਸ਼ਾ ਅਲੀ ਭਾਜੀ ਦਾ ਮੈਂ ਪਰਸਨਲੀ ਬਹੁਤ ਫਾਨ ਹਾਂ ਜੀ ਖਾਨ ਭਾਜੀ ਦਾ ਸਾਡੇ ਉਸਤਾਦ ਸਰਦੂਲ ਸਿਕੰਦਰ ਸਾਹਿਬ ਵਨੀਤ ਖਾਨ ਮਤੋਈ ਸਾਹਿਬ ਥੈਂਕ ਯੂ ਸਰਦਾਰੀ ਭਾਜੀ ਬਹੁਤ ਬਹੁਤ ਸ਼ੁਕਰੀਆ ਸਰ ਜਦੋਂ ਕੋਈ ਕਲਾਕਾਰ ਗਾ ਕੇ ਖਤਮ ਕਰਦਾ ਆਪਾਂ ਨੂੰ ਕੀ ਕਰਨਾ ਚਾਹੀਦਾ ਉਹ ਮਤੋਈ ਵਾਲਿਓ ਕਈ ਵਾਰ ਜ਼ੁਬਾਨ ਨਹੀਂ ਬੋਲਦੀ ਇਸ਼ਾਰੇ ਨਾਲ